ਅੰਡਰਗਾਰਮੈਂਟਸ ਵੀ ਹੋਗੇ, ਸਲੈਕਸ ਵੀ ਹੋਗੇ ਤੇ ਬਣਾਣਾ ਹੈ। ਐ ਕਰ ਤੂੰ ਉਹ ਲਿਆ, ਉੱਥੇ ਮੇਰਾ ਉਹ ਪਈ ਹੈ ਕੋਟੀ ਪਈ ਹੈ ਇੱਕ ਕੋਟੀ, ਹਾਂ ਉਹ ਚੱਕ ਲਿਆ ਭੱਜ ਕੇ। ਇੱਕ ਹੋਰ ਆ ਗਈ ਕੋਟੀ, ਦੋ ਕੋਟੀਆਂ ਪਈਆਂ ਨੇ ਉਹ ਚੱਕ ਲਈ ਜਾਂਗਾ। ਗਰਮੀ ਤਾਂ ਨਹੀਂ ਪੈ ਰਹੀ ਉਹ? ਨਹੀਂ ਉੱਥੇ ਠੰਡ ਬਹੁਤ ਆ ਗਈ, ਤਾਂ ਬਰਫ ਹੈ ਨਰੀ। ਕਿੰਨੇ ਦਿਨ ਲਾ ਕੇ ਆਏਗਾ ਗੱਗੀ? ਹੈਂ ਕਿੰਨੇ ਦਿਨ ਲਾ ਕੇ ਆਏਗਾ? ਮੈਂ ਡੇਢ ਵੀਕ। ਹੈਂ ਇੰਨੇ ਦਿਨ ਕੀ ਕਰੇਗਾ? ਹੈਂ ਹੈਂ ਇੰਨੇ ਦਿਨ ਕੀ ਕਰੇਗਾ? ਸੇਵਾ ਕਰੂ ਉੱਥੇ ਮੈਂ। ਕਿੱਡੀ ਕੁ ਦੂਰ ਹੈ ਇਹ? 400 ਕਿਲੋਮੀਟਰ ਦੂਰ ਹੈ। ਵੀ ਜਿੱਡੀ ਦੂਰ ਸਾਡਾ ਪਿੰਡ ਆ ਉੱਡੀ ਦੂਰ? ਥੋੜੇ ਪਿੰਡ ਦਾ ਬਹੁਤ ਦੂਰ ਹੈ, ਥੋੜਾ ਪਿੰਡ ਆ ਖੜਿਆ ਹੈਗਾ ਨੇੜੇ ਹੀ ਜਮਾ। ਅੱਛਾ ਹੈਂ, ਹਾਂ ਆਹੀ ਆ ਯੈਲੋ ਕੋਟੀ ਦੇ ਦੇ ਮੈਨੂੰ ਆ ਵੀ ਦੇ। ਹਾਂ ਹਾਂ ਇੱਕ ਮੇਰਾ ਉੱਥੇ ਢਾਠਾ ਪਿਆ ਗਾ, ਮੂੰਹ ਅੰਨ ਕੇ ਲੈ ਕੇ ਜਾਊਂਗਾ ਮੈਂ। ਆਏ ਨਾ ਮੈਨੂੰ ਸਮਾਇਨ ਫਲੂ ਹੋ ਜਾਂਦਾ ਹੈ, ਉਹ ਹੋ ਜੇ ਫਿਰ ਕਿਤੇ। ਆਏ ਢਾਠਾ ਬੰਨ ਕੇ ਪੰਜ ਕੇ ਛੇਤੀ ਲੈ ਕੇ ਆ। ਹਾਂ ਇੱਕ ਮੇਰੀ ਗੱਲ ਸੁਣਾ, ਆਹ ਲੈ ਦੇ ਮੈਨੂੰ ਕਲੀਨਿਕ ਪਲੱਸ ਫੇਸ ਵਾਸ ਮੇਰਾ। ਫੇਸ ਵਾਸ? ਹਾਂ ਕਿਉਂ ਫੇਸ ਵਾਸ ਛੋੜੀਆ? ਹੋਰ ਕੀ ਹੈ, ਉਹ ਤਾਂ ਸ਼ੈਂਪੂ ਆ ਸਿਰ ਧੋਣ ਵਾਲਾ। ਭਾਵੇਂ ਨਹੀਂ ਮੈਂ ਡੂੜ ਮਹੀਨਾ ਹੋ ਗਿਆ ਮੂੰਹ ਤੇ ਲਾਈ ਇਹਨਾਂ ਨੂੰ, ਤਾਂ ਹੀ ਮੈਂ ਕਹਾ ਮੇਰਾ ਸ਼ੈਂਪੂ ਮੁਕਾਤਾ। ਚੱਲ ਕੁਛ ਨਹੀਂ ਹੁੰਦਾ, ਠੀਕ ਆ, ਕੂਲਾ ਕੂਲਾ ਕਰਦਾ, ਚੱਕ ਲਿਆ ਉਹ ਵੀ ਪਾ ਲੈਣਾ ਵਿੱਚ ਮੈਂ। ਫੇਸ ਵਾਸ਼ ਲੈ ਲਈ? ਉਹ ਕੀ ਕਰਨਾ ਸੱਚ, ਉਹ ਤਾਂ ਮੈਂ ਪਹਿਲਾਂ ਹੀ ਪਾਤਾ ਸੀ। ਪਾਤਾ? ਠੀਕ ਆ ਠੀਕ ਆ, ਲੈ ਓਕੇ ਤਿਆਰੀ ਆ ਮੇਰੀ, ਬਸ ਢਾਠਾ ਲਿਆ ਦੇ ਮੈਨੂੰ, ਜਰਾਬਾਂ ਪਾ ਲੀਆਂ ਮੈਂ। ਚੱਲ ਹਨਾ, ਦੀਂਦੇ ਤਾਂ ਹੈ ਨਹੀਂ ਜਰਾਬਾਂ। ਹੈ ਦੀਂਦੇ ਤਾਂ ਹੈ ਨਹੀਂ ਜਰਾਬਾਂ? ਦੇਖੋ ਪਾਈਆਂ ਹੋਈਆਂ ਨੇ ਮੈਂ, ਆ ਦੇ ਪੈਰਾਂ ਚ ਪਾਈ ਦੇ ਹੁੰਦੇ ਨੇ ਬੂਟਾਂ ਚ ਥੋੜੀ। ਪੈਰਾਂ ਚ ਗਾਹਾਂ ਜਾ ਕੇ ਪਾਣੂ ਰੇ, ਗਰਮੀਆਂ ਮਹਿਣਾ ਚੌਂਕ ਤੋਂ ਬਾਅਦ ਪੈਰਾਂ ਚ ਪਾਣੂ, ਉੱਥੇ ਠੰਡ ਸ਼ੁਰੂ ਹੋ ਜਾਂਦੀ ਹੈ। ਤੇ ਕਿ ਤੂੰ ਕੋਟੀਆਂ ਲੈ ਕੇ ਨਾਲ ਉਧਰ ਠੰਡ ਇੰਨੀ ਆ? ਬਹੁਤ ਜ਼ਿਆਦਾ ਆ ਉੱਥੇ ਤਾਂ ਠੰਡਾ, ਉਸ ਤਾਂ ਇੰਨੀ ਇੰਨੀ ਬਰਫ਼ ਪਾ ਜਾਂਦੇ ਇੰਨੀ। ਫਿਰ ਤਾਂ ਭਾਬੀ ਮੇਰੀ ਗੱਲ ਸੁਣ, ਆਪਾਂ ਚੱਲੀਏ, ਨਜ਼ਾਰਾ ਦੇਖਣ ਵਾਲਾ ਹੋਊਗਾ। ਭਾਗ ਜਾ, ਮੈਂ ਤਾਂ ਕਹਿਣਾ ਕੁਛ ਨਹੀਂ ਹੁੰਦਾ, ਸਾਈਕਲ ਤੇ ਯਾਰਾ ਮਾਂਗਰ ਬਹਿ ਜਾਓ ਮੇਰੇ। ਲੈ ਜਾਈਂ ਨਾਲ? ਹਾਂ ਲੈ ਜਾਊਂਗਾ, ਜੋ ਗੱਡੀ ਗੁੱਡੀ ਤੇ ਜਾਂਦਾ ਫਿਰ ਤਾਂ ਭਾਬੀ ਬਸ ਚੱਲਦੇ ਆ ਜਾਂਗੇ ਅਸੀਂ ਦੋ ਜਣੇ। ਗੱਡੀ ਤਾਂ ਗਈ ਹੋਈ ਆ, ਆਪਣੀ ਲੜਾਈ ਚ ਲਾਈ ਹੋਈ ਆ ਗੱਡੀ। ਵੇ ਉੱਥੇ ਜਾ ਕੇ ਮੰਨ ਲਈ, ਇੱਥੇ ਕਾਤੋਂ ਕੰਨੀ ਜਾਣਾ ਕਰਨੀ ਪੈਣੀ ਆ। ਕੋਈ ਨਾ, ਕੁਛ ਨਹੀਂ ਹੁੰਦਾ, ਇੱਥੇ ਸ਼ੁਰੂ ਹੋ ਜਾਂਦੀ ਆ ਠੰਡ ਤਾਂ। ਅੱਛਾ ਹੋ ਚਾਹੀਦਾ ਕੁਛ ਨਾ, ਬਸ ਰੋਟੀਆਂ ਬਣਾਤੀਆਂ ਦੀ। ਹਾਂ ਰੋਟੀਆਂ ਬਣਾਤੀਆਂ। ਹੈ ਬਣਾਤੀਆਂ? ਪਰੌਂਠੇ ਪਾਤੇ ਦੀ? ਹਾਂ ਸਾਰੇ। ਬਸ ਠੀਕ ਆ, ਓਕੇ ਚੱਲ ਠੀਕ ਆ। ਕੋਈ ਇਹ ਬਰੌਨੀ ਬਰੌਨੂ ਕਰੇ ਫੋਨ ਕਰਦੀ, ਠੀਕ ਆ ਮੈਨੂੰ। ਚੱਲ ਧਿਆਨ ਨਾਲ ਜਾਈਂ ਵੀਰੇ। ਜੀਜੇ ਓ ਜੀਜੇ ਓਏ ਆਇਆ ਯਾਰ, ਮੈਂ ਲੇਟ ਹੋ ਰਿਹਾਗਾ। ਕੀ ਹੋ ਗਿਆ? ਮੈਂ ਜਾ ਰਿਹਾ ਓਏ। ਕਿੱਥੇ ਜਾ ਰਿਹਾ ਤੂੰ? ਕਦਾਰਨਾਥ। ਕਦਾਰਨਾਥ ਕਿਹਦੇ ਨਾਲ ਜਾ ਰਿਹਾ? ਮਿੱਤਰਾਂ ਨਾਲ, ਫੋਨ ਤਾਂ ਆਇਆ ਸੀ ਮੈਨੂੰ ਉੱਤੇ, ਫਰੈਂਡਸ ਨਾਲ। ਹਾਂ ਸੱਚ, ਹਾਂ ਕਿੱਥੇ ਖੜੇ ਟਰੱਕ? ਟਰੱਕ ਟਰੁੱਕ ਨਹੀਂ, ਉਹ ਆਏ ਸਾਈਕਲਿੰਗ ਕਰਨੀ ਹੈ। ਅੱਛਾ ਅੱਛਾ, ਹਾਂ ਉਹ ਖੜਾ ਹੀਰੋ ਜੈਕਟ। ਕੌਣ ਕੌਣ ਜਾ ਰਹੇ ਹੋ? ਹੈ ਕੌਣ ਕੌਣ ਜਾ ਰਹੇ ਹੋ? ਇੱਕ ਤਾਂ ਇੱਥੋਂ ਕਾਲਾ ਬੜੁੱਖਾਂ ਵਾਲਾ। ਅੱਛਾ, ਇੱਕ ਲੰਗੂ ਵਾਲਾ ਹੈਪੀ ਕਰਚਾ। ਕਰਚ ਹੋ ਗਿਆ? ਹਾਂ ਇੱਕ ਮੈਂ ਆ, ਬਸ ਤਿੰਨ ਹੋ ਗਏ, ਤਿੰਨੇ ਜਣੇ ਅਸੀਂ। ਹੋਰ ਨਹੀਂ ਹੈਗਾ ਕੋਈ? ਨਾ ਨਾ, ਹੋਰ ਜ਼ਿਆਦਾ ਲੋੜ ਹੀ ਨਹੀਂ ਵੜੀ ਇਕੱਠੀ ਕਰਨ ਦੀ। ਸਹੀ ਗੱਲ, ਤਿੰਨੀ ਅਸੀਂ ਪੁਰਸ਼ਾਂ ਵਰਗੇ ਆ। ਇਹ ਫਿਰ ਕਿਹੜੇ ਕਿਹੜੇ ਆਪਾਂ ਸਰਦਾ ਤੇ ਉੱਥੇ ਕਿਹੜੇ ਕਿਹੜੇ ਧਾਮਾਂ ਤੇ ਘੁੰਮਣਾ ਹੈਗਾ? ਇੱਕ ਤਾਂ ਆਪਾਂ ਕਦਾਰਨਾਥ। ਹਾਂ ਕਦਾਰਨਾਥ ਤੋਂ ਜਿੱਧਰ ਬਸ ਮੂੰਹ ਹੋਇਆ ਸਾਈਕਲਿੰਗ ਦਾ, ਉੱਧਰ ਹੀ ਚੱਕ ਦਾਂਗੇ ਆਪਾਂ। ਇੱਕ ਮੈਂ ਮਾਤਾ ਦੇ ਜਾਣਾ, ਆ ਚੜਾ ਕੇ ਆਉਣਾ ਮਾਤਾ ਦੇ, ਭੁੱਲ ਗਿਆ ਸੀ ਆਹ ਲੈ ਕੇ ਜਾਣਾ। ਅੱਛਾ, ਇਹ ਚ ਕੀ ਹੈਗਾ? ਬਿਊਟੀ ਪਾਰਲਰ ਦਾ ਸਮਾਨ? ਨਾ ਕੁਛ ਨਹੀਂ, ਬਸ ਮੈਂ ਸੁੱਖਿਆ ਦਿਆਂ ਮਾਤਾ, ਤੇਰੇ ਪਾਸ ਚੜ ਕੇ ਜਾਊਂ ਮੈਂ। ਤੁਸੀਂ ਜਾ ਰਹੇ ਹੋ? ਮੇਰਾ ਮੁਰਗਾ ਲੜੇ ਵਧੀਆ। ਤੁਸੀਂ ਜਾ ਕਦਾਰਨਾਥ ਰਹੇ ਹੋਗੇ, ਲੱਗਦੇ ਤੁਸੀਂ ਆਇਓ ਜਿਵੇਂ ਤੋਂ ਜੀਰੀ ਦਾ ਕੇ ਐਮਪੀ ਜਾ ਰਹੇ ਹੁੰਨੇ ਹੋਗੇ। ਆਹ ਕੀ ਲਵੇਟਿਆ? ਉਹ ਇਹਦਾ ਠੰਡਾ ਆ ਜਾਂਦੀ ਹੈ ਆਹ, ਇੱਧਰ ਰੋਪੜ ਮਣੀਕਰ ਸਾਹਿਬ ਜਦੋਂ ਇੱਧਰ ਦੀ ਘਵਾ ਕੇ ਲੈ ਕੇ ਜਾਂਦਾ ਪਹਾੜਾਂ ਨੂੰ ਉੱਤਰਨੇ ਆਪਾਂ, ਉਹ ਨਾ ਫਿਰ ਹਵਾ ਅੰਦਰ ਜਾ ਕੇ ਫੇਫੜਿਆਂ ਦੇ ਵਿੱਚ ਉਹ ਗਰੈਸ਼ ਪੈਦਾ ਕਰ ਦਿੰਦੀ ਆ ਉਹ। ਠੀਕ ਆ, ਚਲੋ ਇਹ ਮੈਂ ਮਹਿਲਾ ਡਾਕਟਰ ਬਾਅਦ ਹੀ ਕਰ ਲੂੰਗਾ। ਸਪੀਕਰ ਵੀ ਲਾਉਂਗੇ ਫਿਰ? ਹਾਂ ਮੁਰਸ਼ ਦੇ ਗਾਣੇ ਚੱਲਣਗੇ। ਤੈਨੂੰ ਦੱਸ ਕੁਛ ਲੈ ਕੇ ਦੇਵਾਂ ਮੈਂ? ਹਾਂ ਕਿਉਂਕਿ ਵੀਰੇ ਮੇਰੇ ਵਾਸਤੇ ਲੈ ਕੇ ਆਈ ਚੂੜੀਆਂ, ਲੈ ਕੇ ਆਈ ਚੂੜੀਆਂ? ਹਾਂ ਓਕੇ, ਤੇਰੇ ਖਾਤਰ ਚੂੜੀਆਂ ਲੈ ਦੇ ਮੈਨੂੰ, ਇਹ ਕਾਲੀ ਗਾਨੀ ਮੇਰੇ ਵੱਲੋਂ ਗਿਫਟ ਆ। ਠੀਕ ਹੈ, ਓਕੇ। ਤੁਸੀਂ ਕਿੰਨੇ ਦਿਨਾਂ ਚ ਮੁੜੋਗੇ? ਮੈਂ ਡੇਢ ਵੀਕ ਲੱਗੂ ਮੈਨੂੰ ਉਸੇ। ਠੀਕ ਹੈ, ਇੱਕ ਐ ਕਰੋ, ਆਮ ਪਾਪੜ ਜ਼ਰੂਰ ਲੈ ਕੇ ਆਓ। ਆਮ ਪਾਪੜ? ਓਕੇ ਠੀਕ ਹੈ। ਭੋਗ ਲੈ ਕੇ ਆਇਓ। ਹੋਰ ਕੁਝ ਡਿਮਾਂਡ ਹੋਵੇ? ਸੱਤ ਰੰਗਾ ਭੋਗ। ਸੱਤ ਰੰਗਾ ਭੋਗ ਕੀ ਗੱਲ ਹੈ? ਆਉਂਗਾ ਚੱਲ, ਮੇਰੇ ਕੋਲ ਚੀਜ਼ ਆਵੇ ਤੈਨੂੰ ਫੋਨ ਕਰਾ ਦੇ। ਫੋਨ ਉਹ ਵੀ ਕਰ ਲਈ ਮੈਨੂੰ, ਪੁੱਛ ਲੈ ਰੋਟੀ ਰਾਟੀ ਖਾ ਲਈ ਮੈਂ ਪੁੱਛ ਲਈ। ਹਾਂ ਛੋੜੇ ਦੀਦੀ ਨੇ ਹੋਈ ਨਾ, ਫਿਰ ਘਰ ਦੇ ਸੋਚਦਾ ਕਰਦੇ ਨੇ ਨਾ ਵੀ ਹਾਂ ਕਿਸ ਤਰ੍ਹਾਂ ਦਾ। ਚਲੋ ਠੀਕ ਆ, ਮੈਂ ਛੱਡ ਕੇ ਮਸਤਾਨਸ ਕੀ ਨੇ ਛੱਡ ਕੇ ਮੈਂ ਚੱਲ ਜਾਵਾਂਗੇ। ਨਾ ਮੈਂ ਜਾ ਰਿਹਾ, ਬਸ ਸਾਈਕਲ ਦੇ ਮਾਰਤੀ ਬਸ ਲੀਵ ਲੂ ਆ। ਸਾਈਕਲ ਤਾਂ ਮੈਂ ਲੈ ਕੇ ਆਇਆ ਕਰੂ ਸਕੂਲ ਆ। ਬਾਗੂ ਜੀ ਤੁਰ ਪਰ ਕੇ ਬਾਗੂ ਜੀ ਹੋਣਾ ਨਹੀਂ ਆਏ ਨਹੀਂ ਗੱਲ ਬਣ। ਤੂੰ ਗਵਾਂਡੀਆਂ ਲੈ ਜੀ ਯਾਰ, ਹੁਣ ਤੂੰ ਚਾਲੇ ਚ ਨਾ ਵਿਗੜ ਪਾ, ਠੀਕ ਆ ਨਾ? ਮੈਂ ਸੁੱਖਿਆ ਹੋਇਆ ਮਾਤਾ ਦਾ। ਚਲੋ ਮੇਰੇ ਗੱਲ ਲੱਗ ਕੇ ਬਗ ਜੋ। ਚੱਲ ਚੰਗਾ, ਓਕੇ ਆਏ। ਮੈਂ ਕਿਹਨੂੰ ਕਰਿਆ ਕਰੂੰਗਾ ਜੀ? ਤਾਂ ਮਿਲਦਾ ਹੈ ਜੀ, ਸਤਿ ਸ਼੍ਰੀ ਅਕਾਲ। ਕੋਈ ਨਾ, ਬਸ ਮੈਂ ਡੇਢ ਵੀਕ ਦੀ ਗੱਲ ਆ, ਕੋਈ ਚੱਕਰ ਨਹੀਂ। ਚੱਲ ਠੀਕ ਆ ਮੈਨੇ, ਓਕੇ ਠੀਕ ਆ ਠੀਕ ਆ ਠੀਕ ਆ। ਧਿਆਨ ਨਾਲ ਜਾਈਏ। ਕੋਈ ਬਰੌਨੀ ਬਰੌਨੂ ਰਹੀ ਹਾਂ ਗੇਟ ਖੋਲ ਦੇ।
ਕੋਈ ਨਾ ਕਿਤੇ ਭੁੱਖਾ ਹੀ ਸਾਈਕਲ ਚਲਾਈ ਜਾਵੇ ਗੇਟ ਖੋਲ ਦੇ ਦੇਖ ਕੇ ਲੈ ਕੇ ਜਾਓ ਗਲੀਸ਼ ਕਰਾਉਣ ਵਾਲਾ ਇਹ ਨੂੰ ਕੋਈ ਨਾ ਚੰਗਾ ਜੀ ਲਾ ਲਈ ਬਾਏ ਓਕੇ ਠੀਕ ਆ ਜੀ ਵਧੀਆ ਹੋ ਗਿਆ ਜੀ ਤਾਂ ਕਟੀ ਰਾਤ ਹੁਣ ਕੁੱਤਿਆਂ ਕੋਲ ਹੁਣ ਬਲੈਡ ਵਧਾ ਭੱਗ ਗਿਆ ਜੀ ਉਹ ਚਲੋ ਠੀਕ ਆ ਲੋ ਮੈਂ ਕਰਦਾ ਮੈਂ ਸਕੂਲ ਜਾਂਦਾ ਹੁਣ ਫਿਰ ਕੌਣ ਹੈ ਪੂਰੀ ਰੁਕੋ ਮੈਂ ਆਉਣਾ ਕੋਈ ਬੰਦਾ ਗਲਤ ਹੁੰਦਾ ਘਰੇ ਕੌਣ ਹੈ ਜੀ ਤੁਸੀਂ ਆ ਵੀ ਗਏ ਚਾਰਜ ਰਹਿ ਗਿਆ मनोज गुप्ता मैडम भी आ गई चावल खा लूंगा ना खेचला करो ठीक मैं मेरी गल सुन तू कट कट दे जे सियों ता मैं दूं कुड़ी सिख लूगी नाले मिट्टी किथे हले तेन चंगी तरह नहीं आंदे मैं चार रिश्तेदारां दे सामने पाणे ने भोगते चल ऐ कर फिर सिमो नाल तेरियां लाभ ते हानियां पता लग गईयां सरपंच नाल तेरियां विशेषतावां पता लग गईयां मेरे ते इल्जाम लाई जाना कादा तेनू मास्टर बनाता मैं तां लाऊंगा हुण तां गग्गी भी नहीं हैगा देख लै खीर खा लो बस ना लेके जा मैं पिंड वाग दूंगा ना पिंड पिंड ना जाए दीदी जी तुम गुस्से ना हो कोई ना ले जाएंगे पर मोटरसाइकिल नहीं लेके जाए गड्डी च गए तूफान च फिर ले जाएंगे फिर मैं कर ओनू कह दे इक सूट मेरा भी सिनया दूंगी मेरी गल सुन ला ਹੁਣ ਗੱਗੀ ਵੀ ਨਹੀਂ ਹੈਗਾ ਘਰੇ ਦੀਦੀ ਜੀ ਛੋਟੀ ਦੀਦੀ ਨੂੰ ਬਾਹਰੇ ਨਾ ਭੇਜੋ ਦੇੜੀ ਤੋਂ ਮੈਨੂੰ ਲੈ ਚੱਲਦੇ ਨਾਲ ਇਹ ਬਹੁਤ ਬਿਊਟੀਫੁੱਲ ਨੇ ਮੈਂ ਤਾਂ ਕਰਕੇ ਬਾਹਰੇ ਨਹੀਂ ਭੇਜ ਦਊ ਮੈਂ ਛੋਟੇ ਤੇ ਕੋਈ ਸ਼ੱਕ ਨਹੀਂ ਕਰਦਾ ਵਿੱਚ ਮੈਂ ਤੇਰੇ ਨਾਲ ਜਾਊਂਗੀ ਫੇਰ ਕੀ ਪ੍ਰੋਬਲਮ ਆ ਨਾ ਨਾ ਮੈਂ ਪਰ ਲੈ ਕੇ ਨਹੀਂ ਜਾਂਦਾ ਸੁਣ ਚੱਲ ਚੱਲ ਹਾਂ ਹਜੇ ਮੈਨੂੰ ਸੂਟ ਨਹੀਂ ਸਮਿਆਣ ਦਿੰਦੇ ਹੈਗੇ ਮੇਰੇ ਸਾਰੇ ਗੋਹੇ ਚ ਲਬੇੜ ਕੇ ਖਰਾਬ ਆ ਦੇਖ ਲੈ ਮਿੱਤੀ ਦਾ ਹਾਲ गोहा पत्थन भेजता सारे मेरे ताई खराब हो गए मेरी मां भी गालां दूगी सारे सूटां दी जखणा बढ़ ली तेरे को फिर भी दो चार है नवे मेरे को दिखा केड़ा लो।
अटेंडेंस लवाओ अपनी। रोल नंबर वन प्रेजेंट तो सही तरीके नाल बोल लो। निकल गया जी मुंह से जी। रोल नंबर टू हाजर जी। रोल नंबर थ्री हाजर जी। रोल नंबर फोर आ गया जी। रोल नंबर फाइव की आया जी। आया नहीं क्यों नहीं आया? चलो कोई गल नी। ढिड दुख दे दवाइया दे गया जी। किनूं? मुंडे नूं जी गुरसिमरन नूं। हां 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 ओ जी किते ਉਹਦਾ ਢਿੱਡ ਦੁਖਣ ਲੱਗ ਗਿਆ ਜੀ। ਦਾਦੇ ਦਾ? ਨਾ ਜੀ ਮੁੰਡੇ ਦਾ। ਹਾਂ ਜੀ ਫੇਰ ਤੂੰ ਇੱਕ ਗੱਲ ਤਾਂ ਦੱਸ ਦੇ, ਦਾਦੇ ਦਾ ਢਿੱਡ ਦੁਖਦਾ ਸੀ ਕਿ ਮੁੰਡੇ ਦਾ ਢਿੱਡ ਦੁਖਦਾ ਸੀ? ਦਾਦਾ ਦਾ ਮਰ ਗਿਆ ਜੀ। ਅੱਛਾ ਦਾਦਾ ਦਾ ਮਰ ਗਿਆ ਫੇਰ ਢਿੱਡ ਕਿਹਦਾ ਦੁਖਦਾ ਸੀ? ਮੁੰਡੇ ਦਾ ਜੀ। ਦਾਦਾ ਮਰਿਆ ਨਾ, ਦਾਦਾ ਢਿੱਡ ਦੁਖਦਾ ਹੋਊਗਾ ਤਾਂ ਹੀ ਉਹਨੂੰ ਕੋਈ ਪ੍ਰੋਬਲਮ ਹੋਈ ਹੋਊਗੀ। ਪੂਰੀ ਗੱਲ ਦੱਸ ਲਓ ਹੁਣ ਚੁੱਪ ਰਹੋ ਜੀ। ਠੀਕ ਹੈ ਚੱਲ ਦੱਸ, ਤੂੰ ਦੱਸ ਦੇ। ਉਹਨੂੰ ਹੋ ਗਿਆ ਜੀ ਚੌਥੇ ਬੁਖਾਰ। ਹਾਂ ਦਾਦਾ ਮਰ ਗਿਆ ਪਰਸੋਂ। ਉਹ ਚੌਥੇ ਉਹਦਾ ਦਾਦਾ ਕਿਤੇ ਡਾਕਟਰ ਲਿਆ ਕੇ ਕਹਿੰਦਾ ਕਹਿੰਦਾ ਉਹਦਾ ਢਿੱਡ ਨੀ ਦੁਖਦਾ। ਡਾਕਟਰ ਨੇ ਢਿੱਡ ਦੁਖਦੇ ਦੀ ਦਵਾਈ ਦੇ ਦਿੱਤੀ ਜੀ। ਮੁੰਡੇ ਨੂੰ ਹੋ ਗਿਆ ਬੁਖਾਰ ਹੋ ਰਿਹਾ ਸੀ, ਉਹਦਾ ਤਾਂ ਜੀ ਢਿੱਡ ਦੁਖਣ ਲੱਗ ਗਿਆ। ਇੱਕ ਮਿੰਟ ਮੁੰਡੇ ਢਿੱਡ ਦੁਖਦਾ ਸੀ ਨਾ, ਬੁਖਾਰ ਦਾਦੇ ਨੂੰ ਹੋ ਗਿਆ? ਮੁੰਡੇ ਨੂੰ ਬੁਖਾਰ ਹੋ ਗਿਆ ਜੀ, ਉਹਦਾ ਦਾਦਾ ਢਿੱਡ ਦੁਖਦੇ ਦੀ ਦਵਾਈ ਲੈ ਆਇਆ ਉਹਨੂੰ। ਅੱਛਾ ਮੁੰਡੇ ਨੂੰ ਬੁਖਾਰ ਹੋ ਗਿਆ, ਦਾਦਾ ਢਿੱਡ ਦੁਖਦੇ ਦੀ ਦਵਾਈ ਲੈ ਆਇਆ, ਫਿਰ ਦਾਦਾ ਕਿਵੇਂ ਮਰ ਗਿਆ? ਤੂੰ ਨਾ ਉੱਥੇ ਜਾ ਕੇ ਬੈਠ ਜਾ, ਦਿਮਾਗ ਖਰਾਬ ਕਰਤਾ ਸਵੇਰੇ ਸਵੇਰੇ। ਚੱਲ ਕਿਤਾਬਾਂ ਕੱਢ ਆਉਂਦੀ ਆ। ਸਮਝਾਓ ਜੀ ਤੁਹਾਨੂੰ ਇੱਕ, ਤੁਸੀਂ ਐ ਕਹਿਣ ਲੱਗ ਜਾਓ ਤੁਹਾਡੇ ਨਾਲ ਤਾਂ ਦਲਵੀਰ ਮਾਸਟਰ ਚੰਗਾ ਜੀ। ਸੱਚ ਦਲਵੀਰ ਮਾਸਟਰ ਤੋਂ ਯਾਦ ਆਇਆ, ਉਹ ਕਿਉਂ ਨੀ ਆਇਆ ਅੱਜ? ਤੈਨੂੰ ਹਰ ਗੱਲ ਦਾ ਪਤਾ ਹੁੰਦਾ, ਤੂੰ ਸੀਆਈਡੀ ਲੱਗਿਆ ਸਕੂਲ ਚ? ਸੀਆਈਡੀ ਨਹੀਂ ਜੀ, ਉਹ ਨਹੀਂ ਹੈਗਾ ਸਿੰਮੂ ਜੀ। ਹਾਂ ਸਿੰਮੂ ਜਿਹੜਾ ਹੁੰਦਾ ਹੁੰਦਾ ਉਹ 10ਵੀਂ ਦਾ ਵੱਡਾ ਸਾਰਾ ਪਤਾ ਹੈ। ਅੱਗੇ ਦੱਸ। ਨਹੀਂ ਜੀ ਉਹ ਇੱਕ ਤਾਂ ਤੇਰੇ ਗੇਅਰ ਬਹੁਤ ਪੈਂਦੇ ਨੇ। ਉਹ ਕਿਤੇ ਜੀ ਉਹਦੀ ਬਹੂ ਨੂੰ ਦਬਾ ਲਿਆ। ਪੜ ਬੈਠ ਕੇ, ਚੱਲ ਕਰਦਾ ਕਿਤਾਬ ਕੱਢ ਤੂੰ। ਚੁੱਪ ਕਰ। ਹਾਂ ਤੂੰ ਦੱਸ। ਮੈਂ ਇਹਨਾਂ ਦੇ ਕੰਮ ਮਾਰ ਦੂੰ ਜੀ। ਚੱਲ ਤੂੰ ਦੱਸ। ਮੈਡਮ ਜੀ ਉਹ ਦਵਾਲਿਆ ਉਹਦੀ ਬਹੂ ਨੂੰ ਸੂਟ ਹੀ। ਦਲਵੀਰ ਸਰ ਆਪਣੀ ਬਹੂ ਨੂੰ ਸੂਟ ਦਵਾਲਿਆ? ਨਾ ਜੀ ਉਹ ਜਿਹੜਾ ਸਿੰਮੂ ਆ ਨਿਕਾਇਆ, ਮੈਨੂੰ ਤਾਂ ਕਦ ਨਿਕਾ ਜੀ ਦਾ। ਉਹਦਾ ਵਿਆਹ ਕਿੱਥੋਂ ਹੋਇਆ? ਉਹ ਤਾਂ ਅਨਮੈਰਿਡ। ਵਿਆਹ ਨਹੀਂ ਜੀ। ਹਾਂ ਪਹਿਲਾਂ ਗੱਲ ਸੁਣੋ ਜੀ, ਪਹਿਲਾਂ ਵੀ ਤੁਸੀਂ ਇਹ ਬੁੱਝ ਗਏ। ਅੱਛਾ ਤੂੰ ਦੱਸ। ਉਹ ਦਲਵੀਰ ਮਾਸਟਰ ਨੂੰ ਦੀ ਬਹੂ ਹੁਣ ਜਿਹੜੀ ਜਸਨੀਤ ਆਈ, ਹਾਂਜੀ ਹਾਂ, ਉਹਨੂੰ ਦਵਾਲਿਆ ਇਹਦੇ ਸੂਟ। ਹਾਂ ਦਲਵੀਰ ਮਾਸਟਰ ਨੇ ਕਿਤੇ ਉਹ ਧਰਤੇ ਫੈਂਟਿਆ ਹਨਾ, ਸਿੰਮੂ ਫੈਂਟਤਾ। ਹਾਂ ਉਹਨੇ ਗਾਹਾਂ ਜਾ ਕੇ ਆਪਦੇ ਉਹਨੇ ਗਾਹਾਂ ਜਾ ਕੇ ਅੱਡੇ ਦੇ ਭੌਂਕਤਾ। ਉਹਦਾ ਉੱਥੇ ਹੀ ਇੱਕ ਚੁਗਲਖੋਰ ਬੈਠਾ ਸੀ ਜੀ, ਉਹਦਾ ਸਾਰੇ ਪਿੰਡੇ ਦੀ ਗੱਲ ਦੱਸਦੀ। ਉਹਦਾ ਪਛਾਰਮੀ ਦਾ ਮਾਰਾ ਤਾਂ ਨਹੀਂ ਆਇਆ ਹੁਣ ਤੱਕ, ਬਾਅਦ ਚੋਂ ਆਊਗਾ ਜੀ। ਕੌਣ? ਸਿੰਮੂ? ਨਾ ਜੀ ਦਲਵੀਰ ਸਰ। ਹਾਂ ਜੀ ਤੂੰ ਬੈਠ ਜਾ। ਸਤਿ ਸ੍ਰੀ ਅਕਾਲ ਮਾਸੀ ਜੀ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੋ ਜੀ? ਠੀਕ ਠਾਕ, ਤੂੰ ਠੀਕ ਹੈ? ਹਾਂ ਜੀ ਹਾਂ। ਦਲਵੀਰ? ਠੀਕ ਹੈ ਜੀ। ਅੱਛਾ ਹੋਰ ਘਰੇ ਠੀਕ ਨੇ ਸਭ? ਵਧੀਆ। ਹਾਂ ਜੀ ਮੈਂ ਕੰਮ ਆਇਆ ਸੀ ਜੀ। ਹਾਂ ਜੀ ਕੰਮ ਆਓ। ਚਾਚਾ ਜੀ ਕਿੱਥੇ ਨੇ ਜੀ? ਤੇਰਾ ਚਾਚਾ ਨਾਮ ਗਿਆ ਹੋਇਆ ਜੀ। ਅੱਛਾ ਜੀ ਅੱਛਾ। ਹਾਂ ਹਾਂ ਚਲੋ ਵਧੀਆ ਜੀ, ਕੰਮ ਕੀ ਪ੍ਰੈਸ ਕਰਨਾ ਹੈ? ਕੰਮ ਗਿਆ? ਹਾਂ ਹਾਂ ਉਹ ਥੋੜਾ ਜਿਹਾ ਕੰਮ ਤੀ ਸੀ ਨਾਮ। ਅੱਛਾ ਜੀ। ਹਾਂ ਤੇ ਮੈਂ ਕਹਿੰਦਾ ਸੀ ਜੀ, ਹਾਂ ਜੀ ਆਪਣੀ ਜਸਨੀਤ ਦਾ ਜੀ ਕੰਮ ਆਇਆ ਸੀ ਮੈਂ ਇੱਥੇ। ਅੱਛਾ। ਹਾਂ ਆਪਾਂ ਸੂਟ ਸਮਾਉਣਾ ਜੀ। ਅੱਛਾ ਤੇ ਅਸੀਂ ਤਾਂ ਲੇਡੀਜ਼ ਬਣਾਉਨੇ, ਅਸੀਂ ਤਾਂ ਜੈਂਟਸ ਦਾ ਬਣਾਉਂਦੇ ਨਹੀਂ ਹੈਗੇ। ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਆਪਣੀ ਜਸਨੀਤ ਦਾ। ਅੱਛਾ ਜਸਨੀਤ ਦਾ? ਹਾਂ ਆਹ ਸੂਟ ਹੈ ਜੀ। ਅੱਛਾ ਲੈ ਪਹਿਲਾਂ ਦੇਖ ਹੀ ਲਵਾਂ। ਆਹ ਸੂਟ ਹੈ। ਅੱਛਾ ਆਹ ਦੇਖੋ ਇਹਦੇ ਵਿੱਚ ਹੀ ਸੂਟ ਦਾ ਸੋਹਣਾ ਲੱਗਦਾ ਹੈ। ਹੈ ਜੀ ਸੂਟ ਦਾ ਸੋਹਣਾ ਲੱਗਦਾ ਹੈ। ਹਾਂ ਇਹਦੇ ਵਿੱਚ ਹੀ ਹੈ ਜੀ ਇੱਕ ਹੋਰ ਸੂਟ ਹੋ ਪਿਆਗਾ, ਉਹ ਸੂਟ ਦੇ ਮੇਚਾ ਲੈਣਾ ਜੀ। ਅੱਛਾ ਇਹਦਾ ਤਾਂ ਨਾਪ ਹੈ? ਹਾਂ ਇਹ ਨਾਪ ਹੈ ਜੀ। ਅੱਛਾ ਇਹ ਸੂਟ ਬਣਾਉਣ ਵਾਲਾ? ਹਾਂ ਜੀ ਹਾਂ। ਠੀਕ ਹੈ ਇਹ ਤੇ ਚਾਹੀਦਾ ਕਦੋਂ ਹੈ? ਇਹ ਪਰਸੋਂ ਨੂੰ ਜੀ। ਪਰਸੋਂ ਤਾਂ ਨਹੀਂ ਬਣਨਾ ਨਾ, ਪਰਸੋਂ ਨੂੰ ਤਾਂ ਤੜਕੇ ਪਾ ਕੇ ਜਾਣਾ ਜੀ ਆਪਾਂ, ਮਾਰਨਿੰਗ ਟਾਈਮ ਅਸੀਂ ਕੰਮ ਹੋਰ ਦੇਣਾ ਹੈ। ਹੈ ਜੀ ਅਸੀਂ ਹੋਰ ਕੰਮ ਦੇਣਾ, ਪਰਸੋਂ ਤਾਂ ਬਣਨਾ ਨਹੀਂ। ਨਹੀਂ ਨਹੀਂ ਤੁਸੀਂ ਇੱਕ ਰਾਤ ਪਹਿਲੀ ਬਣਾਓ, ਪਰਸੋਂ ਤਾਂ ਇਹ ਤੜਕੀ ਲੈ ਕੇ ਜਾਵਾਂਗੇ ਅਸੀਂ, ਕਿਵੇਂ ਕਰੋ ਜੀ?
ਰਿਕਵੈਸਟ ਹੈ ਮੁਸ਼ਕਲ ਹੋ ਜਾਊਗਾ ਪਤਾ ਕਿ ਨਾ ਤਾਂ ਰਾਤ ਨੂੰ ਬੈਠਿਆ ਜਾਂਦਾ ਹੁਣ ਗਰਮੀ ਹੈ ਨਾ 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 ਉਹ ਪੱਖਾ ਮੈਂ ਮਸਾ ਕਰ ਉਹ ਚੱਕ ਲਿਆ ਪੱਖੇ ਤਾਂ ਹੈਗੇ ਨੇ ਪੱਖੇ ਤਾਂ ਕੋਈ ਗੱਲ ਨਹੀਂ ਹਾਂ ਨਹੀਂ ਜਸਨੀਤ ਦੀ ਟੌਪ ਕਲਾਸ ਚੀਜ਼ ਸੋਣੀ ਆ ਬਿਊਟੀਫੁੱਲ ਬਣਾਉਣੀ ਆ ਮਾਸੀ ਜਿਸ ਨੂੰ ਪਤੀ ਆ ਪਹਿਲੀ ਅੱਛਾ ਹਾਂ ਕੀ ਫਿਰ ਇਹਦਾ ਸ਼ਰਾਰਾ ਬਣਾਉਣਾ ਜਾਂ ਸਲਵਾਰ ਬਣਾਉਣੀ ਹੈ ਲਾਈਨਿੰਗ ਸ਼ਰਾਰਾ ਜੀ ਅੱਛਾ ਲਾਈਨਿੰਗ ਸ਼ਰਾਰਾ ਠੀਕ ਹੈ ਲਾਈਨਿੰਗ ਸ਼ਰਾਰਾ ਸਮਾਉਣਾ ਜੀ ਆਪਾਂ ਅੱਛਾ ਤੇ ਵਧੀਆ ਸਮਾਉਣਾ ਜੀ ਜੇ ਐਦਾਂ ਕਰਕੇ ਵੀ ਗਲਾ ਵੀ ਐਦਾਂ ਕਰਨਾ ਜੀ ਆਪਾਂ ਅੱਛਾ ਪਾਨ ਪੱਤੇ ਵਾਲਾ ਕਿਹੜਾ ਹੁੰਦਾ ਜੀ ਪਾਨ ਪੱਤੇ ਵਾਲਾ ਪਾਨ ਪੱਤੇ ਵਾਲਾ ਇਹ ਕੀ ਰੇਟ ਪੈਂਦਾ ਜੀ ਆਪਾਂ ਨੂੰ ਪਾਨ ਪੱਤੇ ਵਾਲਾ ਅੱਛਾ ਦੱਸ ਦੇਣਾ ਰੇਟ ਤਾਂ ਤੇ ਉਹਦੇ ਕਮੀਜ਼ ਦੇ ਆਹ ਲਾਉਣੀ ਹੈ ਪਾਈਪ ਨਾਲ ਲਾਉਣੀ ਹੈ ਪਾਈਪ ਕਿ ਪਾਈਪ ਕਿੱਥੇ ਲੱਗੂ ਜੀ ਪਾਈਪ ਤਾਂ ਨਹੀਂ ਹੁੰਦਾ ਇਹ ਪਾਈਪ ਨੂੰ ਹੁੰਦੀ ਹੈ ਚੱਕਾਂ ਤੇ ਲੱਗਦੀ ਹੈ ਬਾਹਾਂ ਤੇ ਲੱਗਦੀ ਹੈ ਗਲੇ ਤੇ ਲੱਗਦੀ ਹੈ ਇਹਦਾ ਕੀ ਬੈਨੀਫਿਟ ਹੈ ਜੀ ਪਾਈਪ ਦਾ ਇਹਦਾ 850 ਰੁਪਏ ਲੱਗ ਜੂਗਾ ਬਿਨਾਂ ਪਾਈਪਾਂ ਤੋਂ ਪਹਿ ਨਹੀਂ ਸਕਦਾ ਜੀ ਕੱਪੜਾ ਨਹੀਂ ਪੈ ਤਾਂ ਜਾਊਗਾ ਫਿਰ ਸ਼ਰਾਰੇ ਨਾਲ ਵਧੀਆ ਲੱਗਦਾ ਉਹ 850 ਪੈ ਪਾਈਪਾਂ ਦਾ ਜੀ ਪਾਈਪਾਂ ਨਹੀਂ ਹੁੰਦੀਆਂ ਪਾਈਪ ਨੂੰ ਹੁੰਦੀ ਹੈ ਪਾਈਪਾਂ ਦਾ ਕਿੰਨੀਆਂ ਦਾ ਜੀ ਮੈਂ ਚਾਰੇ ਚੱਕਾਂ ਤੇ ਲੱਗਣਗੇ ਠੀਕ ਹੈ ਬਾਹਾਂ ਤੇ ਲੱਗਣਗੇ ਗਲੇ ਤੇ ਲੱਗੂ ਚਾਰੇ ਹੋ ਗਏ 160 ਰੁਪਏ ਦੀ ਪਾਈਪ ਪੈਂਦੀ ਆ ਮੇਰੇ ਹਿਸਾਬ ਨਾਲ 200 ਦਾ ਹਨਾ ਜੀ ਅੱਛਾ ਤੁਸੀਂ ਇੱਕ ਅੱਧੀ ਪਾਈਪ ਲਾ ਦਿਓ ਜੀ ਉਹ ਤੁਹਾਡੇ ਵਾਲੀ ਪਾਈਪ ਦੀ ਗੱਲ ਨਹੀਂ ਹੈਗੀ ਠੀਕ ਹੈ ਤੂੰ ਹੋਰ ਤੂੰ ਕੋਈ ਇਹ ਬੋਰ ਵਾਲਾ ਪਾਈਪ ਨਹੀਂ ਇਹ ਪਾਈਪ ਨੂੰ ਹੁੰਦੀ ਹੈ ਪਾਈਪ ਨੂੰ ਫਿਰ ਇੱਕ ਅੱਧੀ ਲਾ ਦਿਓ ਇੱਕ ਅੱਧੀ ਨਹੀਂ ਲੱਗਦੀ ਜੇ ਤਾਂ ਲੱਗੂਗੀ ਸਾਰੇ ਕਮੀਜ਼ ਤੇ ਲੱਗੂਗੀ ਨਹੀਂ ਲੱਗਦੀ ਨਹੀਂ ਅੱਛਾ ਹਾਂ ਪਾਈਪਿੰਗ ਫਿਰ ਲਾ ਦਿਓ ਅੱਛਾ ਲਾ ਦਈਏ ਹਾਂ ਪਾਈਪਿੰਗ ਲਾ ਦਿਓ ਤੇ ਆਪਣਾ ਸਲੈਨਿੰਗ ਸਰਾਰਾ ਸਿਉਣਾ ਤੇ ਪਾਣ ਪੱਤੇ ਵਾਲਾ ਆਪਣਾ ਗਲਾ ਹੋ ਜਾਊਗਾ ਠੀਕ ਹੈ ਨਾਪ ਠੀਕ ਹੈ ਹਾਂ ਇੱਥੋਂ ਟਾਈਟ ਹੋਣੀ ਚਾਹੀਦੀ ਹੈ ਜੀ ਅੱਛਾ ਹਾਂ ਇੱਥੋਂ ਟਾਈਟ ਕਰ ਦਿਓ ਠੀਕ ਹੈ ਤੇ ਆਪਣਾ ਬਾਕੀ ਤੁਹਾਨੂੰ ਪਤੀ ਹੋਊਗਾ ਠੀਕ ਹੈ ਕੋਈ ਗੱਲ ਨਹੀਂ ਬਣਾ ਬਾਕੀ ਸੂਟ ਦੇ ਨਾਲ ਸਿਉਣਾ ਠੀਕ ਹੈ ਨਾਪ ਠੀਕ ਹੈ ਹਾਂ ਨਾਪ ਠੀਕ ਹੈ ਠੀਕ ਹੈ ਖਿੱਚ ਕੇ ਬਣਾਉਣਾ ਪਊਗਾ ਪਰਸ ਹੁੰਦਾ ਸੀ ਕੰਮ ਹੋਰ ਵੀ ਦੇਣਾ ਹੈ ਨਾ ਨਾ ਕੋਈ ਨਾ ਜੀ ਠੀਕ ਹੈ ਕੋਈ ਗੱਲ ਨਹੀਂ ਬਣਾ ਦਾਂਗੇ ਠੀਕ ਹੈ ਜੀ ਠੀਕ ਹੈ ਪਰਸੋਂ ਨੂੰ ਨਾ ਕੋਈ ਨਾ ਜੀ ਕੀ ਰੇਟ ਆ ਜੀ ਇਹਦਾ ਸੁਣਦਾ ਸਾਢੇ ਅੱਠ ਸੌ ਰੁਪਇਆ ਇਹ ਲੌਂਗੋਵਾਲ ਵੀ ਸਾਢੇ ਅੱਠ ਸੌ ਲਈ ਜਾਂਦਾ ਲਾਈਨਿੰਗ ਸਰਾਰੇ ਦਾ ਹੋਰ ਫਿਰ ਇਹੀ ਰੇਟ ਚੱਲਦਾ ਠੀਕ ਹੈ ਜੀ ਹੋਰ ਆਪਾਂ ਕਿਹੜਾ ਤੈਨੂੰ ਬਦਲ ਲਿਆ ਮੁਕਰਮ ਜੀ ਕੋਈ ਹੋਰ ਆ
ਡਿਜ਼ਾਈਨ ਬਣਾਇਆ ਠੀਕ ਹੈ ਉਹ ਵੱਲ ਕਰਨੀ ਅੱਛਾ ਅੱਛਾ ਕੋਈ ਗੱਲ ਨਹੀਂ ਜਿਵੇਂ ਤੂੰ ਕਹੇਗਾ ਆਪਾਂ ਉਵੇਂ ਬਣਾਵਾਂਗੇ ਬਸ ਖੜ ਖੜ ਦੇਖਣ ਉੱਥੇ ਜੀ ਅੰਬਾਲੇ ਠੀਕ ਹੈ ਜਦੋਂ ਜਾਈਏ ਮੋਟਰਸਾਈਕਲ ਤੇ ਅੰਬਾਲੇ ਜਾਣਾ ਹਾਂ ਅੰਬਾਲੇ ਜਾਣਾ ਜੀ ਮਾਸੀ ਦੇ ਉੱਥੇ ਖੁਸ਼ੀ ਦਾ ਸਹਿਜ ਪਾਠ ਕਰਵਾਇਆ ਅੱਛਾ ਅੱਛਾ ਉੱਥੇ ਗੱਲਾਂ ਹੋਣ ਜੀ ਵੀ ਦਲਬੀਰ ਦੀ ਬਹੂ ਆਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਣਾ ਦਿਓ ਬਸ ਵਧੀਆ ਫੁੱਲੀ ਲੱਗੀ ਵਧੀਆ ਬਣਾਵਾਂਗੇ ਬਹੂ ਵੀ ਸੋਹਣੀ ਹੈ ਹਾਂ ਜੀ ਤੇ ਸੂਟ ਵੀ ਸੋਹਣੀ ਬਣਾਵਾਂ ਮੈਂ ਬਾਰੇ ਕੱਢਣੋਂ ਹਟ ਗਿਆ ਜੀ ਬਹੂ ਨੂੰ ਹੁਣ ਐਵੇਂ ਕੁਛ ਨਹੀਂ ਹੁੰਦਾ ਨਾ ਜੀ ਨਾ ਸ਼ੱਕ ਹੋਣ ਲੱਗ ਗਈ ਜੀ ਨਹੀਂ 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 ਜ਼ਬਾਨਾ ਮਾੜਾ ਜੀ ਪਤਾ ਕੀ ਮਨ ਸਾਫ ਹੋਣਾ ਚਾਹੀਦਾ ਕੁਛ ਨਹੀਂ ਹੁੰਦਾ ਹੈਗਾ ਨਾ ਮਨ ਤਾਂ ਜੀ ਲੋਕਾਂ ਦੇ ਮਨ ਨਹੀਂ ਸਾਫ ਪਤਾ ਕੀ ਹੈ ਬੰਦਾ ਆਪ ਸਹੀ ਹੋਵੇ ਲੋਕਾਂ ਦਾ ਕੀ ਹੈ ਨਾ ਨਾ ਸੋਹਣੀ ਚੀਜ਼ ਨੂੰ ਦੇਖ ਕੇ ਮਨ ਭੜਕਦੀ ਹੈ ਜੀ ਮਾਸੀ ਜੀ ਉਹ ਤਾਂ ਹੋਇਆ ਹੈ ਚੱਲ ਕੋਈ ਗੱਲ ਨਹੀਂ ਤੇਰੇ ਮਨ 'ਚ ਸ਼ੱਕ ਹੈ ਚਲੋ ਜੀ ਚੱਲ ਠੀਕ ਹੈ ਦੇ ਇਜਾਜ਼ਤ ਫਿਰ ਠੀਕ ਹੈ ਚਾਹ ਬਣਾਵਾਂ ਨਾ ਜੀ ਚੱਲ ਠੀਕ ਹੈ ਓਹੋ ਆਤ ਪੈਰੀ ਵਾਲਾ ਮੇਰਾ ਸਾਲਾ ਵਾਗ ਉਹਨੂੰ ਐਂ ਕਰਨ ਦੀ ਆਸਤਾ ਹਰੇਕ ਕਿਤੇ ਓਹੋ ਤੈਨੂੰ ਜ਼ਿਆਦਾ ਨੀ ਫਿਕਰ ਹੈਗੀ ਬਹੂ ਦੀ ਮੈਡਮ ਜੀ ਸਤਿਕਾਲ ਬੇਟਾ ਤੁਸੀਂ ਖੜ ਕੇ ਬੁਲਾਓ ਬੇਟਾ ਗੁੱਡ ਮਾਰਨਿੰਗ ਕੋਈ ਨਾ ਕੋਈ ਨੋਥੀ ਬਹਿ ਜਾਓ ਮੈਂ ਆ ਗਿਆ ਆ ਗਿਆ ਓਹੋ ਮੁੰਡਿਆ ਹੱਸੀ ਕਰ ਬਹਿ ਜਾਓ ਕਿਵੇਂ ਆਈ ਠੀਕ ਕੁਰਸੀ ਲੈ ਕੇ ਬੇਟਾ ਮੇਰੀ ਸਰ ਆਪਕੋ ਟਾਈਮ ਹੈ ਸਕੂਲ ਆਉਣ ਦਾ 11 ਵਜ ਰਹੇ ਨੇ ਪਤਾ ਨਾ ਐ ਜੇ ਤੁਸੀਂ ਅਨਰਿਸਪੋਨਸੀਬਲ ਹੋਣ ਲੱਗ ਗਏ ਫਿਰ ਸਕੂਲ ਤੋਂ ਚੁੱਪ ਰਹਿ ਕੀ ਕਹਿੰਦਾ ਜੀ ਇਹ ਇੱਥੇ ਧਰ ਦੇ ਬੇਟਾ ਵਿਚਾਰੇ ਦੇ ਬੋਲਿਆ ਕਰਦੇ ਦੋ ਬੰਦਿਆਂ ਦੇ ਇੱਥੇ ਧਰ ਕੀ ਹੋ ਗਿਆ ਜੀ ਹੋਇਆ ਇਹ ਆ ਸਰ ਪਹਿਲਾਂ ਮੈਨੂੰ ਦੱਸੋ ਮੈਂ ਬਹਿ ਜਾ ਮੈਡਮ ਜੀ ਇੱਕ ਮਿੰਟ ਜੀ ਤੁਸੀਂ ਬੈਠੋ ਜੇ ਹੁਣ ਤੁਹਾਡੇ ਵਿੱਚੋਂ ਕੋਈ ਵੀ ਬੋਲਿਆ ਤਾਂ ਤੁਹਾਨੂੰ ਮੈਂ ਇੱਕ ਮੁਰਗਾ ਬਣਾ ਦੂੰਗੀ ਹੁਣ ਐ ਨਹੀਂ ਇਹ ਲੂਟ ਆਉਂਦੇ ਜੀ ਤੁਹਾਨੂੰ ਪਤਾ ਨਹੀਂ ਸਰ ਅਬਿਆਨ ਨੇ ਕੀ ਕਰਿਆ ਮੈਨੂੰ ਸਰ ਤੁਸੀਂ ਮੇਰੇ ਵੱਲ ਧਿਆਨ ਦਿਓ ਧਿਆਨ ਤਾਂ ਤੁਹਾਡੇ ਵੱਲ ਹੀ ਹੈ ਮੈਡਮ ਜੀ ਜਦੋਂ ਦੇ ਨਾ ਸੁਸ਼ਮਾ ਮੈਡਮ ਰਿਟਾਇਰ ਹੋਏ ਨੇ ਧਿਆਨ ਤਾਂ ਤੁਹਾਡੇ ਵੱਲ ਹੀ ਹੈ ਸਰ ਮੈਂ ਸਕੂਲ ਦੀ ਗੱਲ ਕਰ ਰਹੀ ਹਾਂ ਸਕੂਲ ਦੀ ਕਹਿਣਾ ਮੈਡਮ ਜੀ ਦੇਖੋ ਹੁਣ ਆ ਬਣਾਤਾ ਘੜੀ ਬਿਨ ਡਿਸਕ ਪਹਾ ਪਰ ਅੰਡਾ ਕਰ ਸਾਰੇ ਤਾਂ ਜੀ ਸਾਰਾ ਕੁਝ ਤਕੋਣ ਚੱਕਰ ਸਾਰਾ ਤਾਂ ਕਰਵਾਈ ਜਾ ਰਿਹਾ ਜੀ ਹੁਣ ਤੁਹਾਨੂੰ ਪਤਾ ਹੈ ਤਕੋਣ ਚੱਕਰ ਕੀ ਹੁੰਦਾ
ਤੁਹਾਨੂੰ ਇਹ ਪਤਾ ਹੈਗਾ ਬਸ ਵੀ ਮੈਂ ਘਰ ਚ ਲੇਟ ਹੋਣਾ ਹੈਗਾ, ਸਕੂਲ ਵੱਲ ਧਿਆਨ ਨਹੀਂ ਦੇਣਾ ਹੈਗਾ, ਮੈਂ ਕਿੱਥੇ ਕਿੱਥੇ ਜ਼ਿੰਮੇਵਾਰੀਆਂ ਸਾਂਭਦੀ ਫਿਰਾਂ ਦੱਸੋ। ਮੈਡਮ ਜੀ ਮੈਂ ਤੁਹਾਨੂੰ ਕੀ ਕਹਿਣਾ, ਮੈਂ ਤੁਹਾਡੀਆਂ ਜ਼ਿੰਮੇਵਾਰੀਆਂ ਮੈਂ ਚੱਕੀ ਫਿਰਦਾ ਜੀ, ਮੈਂ ਤੁਹਾਨੂੰ ਕਹਿਣਾ ਵੀ ਕੰਮ ਕਰੋ, ਤੁਸੀਂ ਆ ਕੇ ਬਸ ਜਨ ਗਣ ਮਨ ਗਵਾ ਲਿਆ ਕਰੋ ਤੇ ਬਹਿ ਜਾ ਕਰੋ ਜੀ। ਅੱਛਾ ਮੈਂ ਜਨ ਗਣ, ਬੱਚੇ ਤੁਸੀਂ ਦੱਸੋ ਸਵੇਰੇ ਪ੍ਰੇਅਰ ਕਿਹਨੇ ਕਰਵਾਈ ਹੈਗੀ? ਮੈਡਮ ਜੀ ਅੱਗੇ ਮੈਂ ਹੀ ਕਰਵਾਉਣਾ ਜੀ, ਲੇਟ ਹੋ ਗਿਆ ਮੈਂ ਘਰ ਦੇ ਘਰੇਲੂ ਕੰਮਾਂ ਦੇ ਵਿੱਚ ਫੁਟਕਲ ਕੰਮਾਂ ਦੇ ਵਿੱਚ ਫਸ ਗਿਆ ਮੈਡਮ। ਸਰ ਤੁਹਾਡੇ ਫੁਟਕਲ ਕੰਮ ਤੁਹਾਡੇ ਘਰ ਵਿੱਚ ਹੀ ਰਹਿਣ ਤਾਂ ਵਧੀਆ ਗੱਲ ਹੈ, ਠੀਕ ਹੈ ਜੀ? ਸਕੂਲ ਦੇ ਵਿੱਚ ਆ ਕੇ ਪਲੀਜ਼ ਆਪਣੀਆਂ ਜ਼ਿੰਮੇਵਾਰੀਆਂ ਸਾਂਭੋ, ਮੈਂ ਹੋਰ ਵੀ ਕੰਮ ਕਰਨੇ ਹੁੰਦੇ ਨੇ, ਹੋਰ ਦੇਖਰੇਖ ਕਰਨੀ ਹੁੰਦੀ ਹੈ। ਮੈਡਮ ਜੀ ਤੁਸੀਂ ਤਾਂ ਉਹੀ ਗੁੱਸੇ ਹੋ ਗਏ ਜੀ, ਸਾਇੰਸ ਵੀ ਨਹੀਂ ਕਹਿੰਦੀ, ਹੈਪਰ ਹੋਣਾ ਬਹੁਤ ਗਲਤ ਗੱਲ ਹੈ, ਸਾਇੰਸ ਵੀ ਇਹ ਗੱਲ ਕਹਿੰਦੀ। ਕੀ ਹੁੰਦਾ ਜੀ ਕੀ ਹੁੰਦਾ ਕੀ ਹੁੰਦਾ ਇੱਕ ਮਿੰਟ ਪਹਿਲਾਂ ਤੈਨੂੰ ਦੱਸਾਂ ਮੈਂ, ਹੈਪਰ ਹੁੰਦਾ ਬੇਟਾ ਬਹੁਤ ਘਬਰਾਹਟ ਹੋਣੀ, ਇੱਕ ਮਿੰਟ ਮੈਡਮ ਜੀ ਤੁਸੀਂ ਜੇ ਤੁਹਾਡਾ ਪੀਪੀ ਕਾਰਡ ਦਾ ਪਰਖਾ ਕਰ ਲਓ ਜੀ, ਇਹ ਪਿੰਡਾਂ ਵਾਲੇ ਹੁੰਦੇ ਆ ਜੀ। ਤੁਸੀਂ ਬੱਚੇ ਨੂੰ ਐ ਨਾ ਮਾਰੋ ਸਰ, ਜਿਹੜਾ ਮੈਡਮ ਜੀ ਐ ਵੱਜਦਾ ਜਿਹਦੇ ਉਹੀ ਡੀਸੀ ਉਹੀ ਆਈਪੀਐਸ ਲੱਗਦਾ ਜੀ, ਐ ਤਾਂ ਫਿਰ ਟੈਂਕ ਐ ਤਾਂ ਫਿਰ ਪਲੀਜ਼ ਐ ਤਾਂ ਫਿਰ ਛੱਡ ਦੋ ਜੀ ਪੋਚਾ, ਬੱਚਿਆਂ ਦੇ ਮਾਪੇ ਨੇ ਆ ਕੇ ਸ਼ਿਕਾਇਤ ਕਰ ਦੇਣੀ ਆ, ਬੱਚਿਆਂ ਨੂੰ ਐ ਨਾ ਕੁੱਟੋ। ਮੈਡਮ ਜੀ ਜਿਹੜੇ ਪਿੰਡਾਂ ਵਾਲੇ ਹੁੰਦੇ ਨੇ ਨਾ ਜੀ, ਇਹ ਵੱਡੀ ਵੱਡੀ ਦੂਰ ਜਾ ਕੇ ਤਰੱਕੀ ਕਰਦੇ ਜੀ, ਸਾਡੇ ਘਰ ਦੇ ਵੀ ਸ਼ਿਕਾਇਤ ਕਰਨਗੇ ਜੀ, ਮੇਰਾ ਬੜੇ ਨੇ ਤੜਕੇ ਮੈਂ ਜਨ ਹਿਮਾ ਕਿਹੜਾ ਬਹਿ ਜਾ ਬੇਟਾ, ਮੇਰੇ ਦੁੱਖ ਦੇ ਗੋਡੇ ਨੇ ਬਹਿ ਜਾ, ਚੱਲ ਨੀਤੀ ਛੇਤੀ ਛੇਤੀ ਆ ਜਾ, ਆਪਾਂ ਮਿਰਚਾਂ ਦੇ ਕੇ ਆਉਂਦੇ ਹਾਂ, ਪਤਾ ਨਹੀਂ ਕਿਹੋ ਜਿਹਾ ਮਿਰਚਾਂ ਦੇ ਕੇ ਆਇਆ ਹੋਊਗਾ, ਐਡਾ ਮਹਿੰਗਾ ਸੂਟ ਹੈ ਮੇਰਾ, ਕਿਤੇ ਹੋਰ ਖਰਾਬ ਹੋ ਜੇ। ਮੇਰੀ ਗੱਲ ਸੁਣ, ਜਿਹਨੇ ਮੈਨੂੰ ਕੁਛ ਕਿਹਾ ਤੂੰ ਸਾਂਭ ਲੇਂਗੀ ਨਾ? ਉਦੋਂ ਵਾਂਗੂ ਵਿੱਚ ਜੇ ਨਾ ਫਾਨੇ ਲਈ ਫਿਰ ਸਾਂਭ ਤਾਂ ਮੈਂ ਲਊਂਗੀ, ਫਿਰ ਕਿਤੇ ਆਪ ਵੀ ਖੌਂਸੜੇ ਖਾ ਲੇ। ਚੱਲ ਭੈਣ ਬਣ ਕੇ ਸਾਂਭ ਲਈ ਦੇਖੀ, ਮੈਨੂੰ ਤਾਂ ਫਿਰ ਵੀ ਨਾਮਦਾਰੀ ਦੇ ਦਿੰਦੇ ਹੋ ਫਿਰ ਤੁਸੀਂ। ਤੂੰ ਕਾਹਨੂੰ ਗੁੱਸਾ ਕਰਦੀ ਆ, ਹੁਣ ਮੈਂ ਦੱਸ ਕੀ ਕਰਾਂ ਮੈਂ? ਨਾ ਜੇ ਤੂੰ ਆਪਦਾ ਇੱਕ ਸੂਟ ਫੜਾਇਆ ਫਿਰ ਮੇਰਾ ਵੀ ਫੜਾ ਦਿੰਦੀ। ਚੱਲ ਤੇਰਾ ਵੀ ਦੇ ਦਾਂਗੀ ਕੋਈ ਨਾ, ਤੂੰ ਹੁਣ ਗੁੱਸੇ ਨਾ ਹੋ ਮੇਰੇ ਨਾਲ। ਚੱਕਣ ਤਾਂ ਹੁਣ ਨੇ ਦਿੱਤਾ ਕਰੋਂ ਤੈਨੇ ਸੂਟ, ਸਮਾਈ ਦੇ ਭੁੱਖੇ ਹੋਊਗੇ ਵੀ ਸਮਾਈ ਨਾ ਦੇਣੀ ਪੈ ਜੇ। ਜੇ ਤੂੰ ਸੂਟ ਲਿਆਂਦੀ ਨਾ ਤੇਰੇ ਵੀਰੇ ਨੂੰ ਪਤਾ ਲੱਗ ਜਾਣਾ ਸੀ ਵੀ ਤੂੰ ਦੁਬਾਰਾ ਗਈ ਆ ਉੱਥੇ, ਉਹਨੇ ਫਿਰ ਮੇਰੇ ਗਾਲਾਂ ਕੱਢਣੀਆਂ ਸੀ ਮੈਨੂੰ। ਕਹਿ ਦਿੰਦੀ ਮੈਂ ਆਪੇ ਸ਼ਮਤਾ ਗਾ। ਆ ਜਾ ਮਿੱਤੀ, ਮਾਸੀ ਮਿਲ ਜੇ ਬੱਚਾ। ਦਿਮਾਗ ਚ ਬਸ ਸ਼ੱਕੀ ਵਾਲਾ, ਹਾਂ ਪੜ੍ਹਿਆ ਲਿਖਿਆ ਬੰਦਾ ਤਾਂ ਉਹੀ ਨੀ ਉਹ ਕਰਦਾ ਹੁੰਦਾ ਹਨਾ। ਮਾਸੀ ਤੂੰ ਐਂ ਕਰ, ਫਟਾਫਟ ਮੇਰਾ ਮਿਰਚਾਂ ਲੈ ਲੈ, ਠੀਕ ਹੈ? ਆ ਜਾ ਮਿਰਚਾਂ ਲੈ ਤੂੰ, ਆ ਜਾ ਐਂ ਕਰ, ਤੂੰ ਮੈਨੂੰ ਇਹਦੇ ਕੋਲ ਲੈ ਦੇ ਮਾਮੀ ਕੋਲ ਕੱਪੜੇ ਸਿਖਾਉਣ। ਚੱਲ ਕੋਈ ਨਾ, ਤੇਰੇ ਵੀਰੇ ਨੂੰ ਪੁੱਛ ਕੇ ਲਾ ਦੂੰਗੀ। ਤੂੰ ਕੱਪੜੇ ਸਿੱਖਣਾ ਹੀ ਹੋਈ ਹੈ? ਹੋਰ ਮਾਮੀ ਕੱਪੜੇ ਸਿੱਖਣਾ ਹੀ, ਫਿਰ ਸਿਖਾਉਂਦੀ ਇੰਦਰ ਭਾਬੀ? ਮਾਸੀ ਮੈਨੂੰ ਕਿੱਥੇ ਟਾਈਮ ਲੱਗਦਾ, ਫਿਰ ਇਹ ਤੈਨੂੰ ਕਿਸੇ ਵਾਂਗੂ ਸੂਟ ਦਾ ਸਾਥੋਂ ਸਿਵਾਉਂਦੀ ਹੈ? ਹਾਂ ਦੱਸ ਕਿੰਨਾ ਨੀਵਾਂ ਕਰਨਾ ਹੈ, ਬਸ ਲਾਈਨਿੰਗ ਸ਼ਰਾਰਾ ਤੁਸੀਂ ਉਸਦੇ ਹਿਸਾਬ ਨਾਲ ਦੇ ਦਿਓ, ਇੱਥੇ ਤੱਕ ਰੱਖ ਲਿਓ। ਠੀਕ ਹੈ, ਅੱਛਾ ਇੱਥੇ ਤੱਕ ਰੱਖਾਂ? ਹਾਂ ਠੀਕ, ਫਿਟਿੰਗ ਐਨ ਵਧੀਆ ਜੀ ਕਰ ਦਿਓ। ਅੱਛਾ ਬਾਹ ਨਾਲ ਲਾ ਲੈ। ਹਾਂ ਬਾਹ ਤਾਂ ਇੰਨੀ ਰੱਖ, ਨਾਲ ਲਾ ਲੈ, ਬਾਹ ਨਾਲ ਲਾ ਲੈ ਪਾਉਣੀ। ਹਾਂ ਠੀਕ ਹੈ, ਸੋਹਣਾ ਜਿਹਾ ਬਣਾ ਦਿਓ। ਕੋਈ ਗੱਲ ਨਹੀਂ, ਵਧੀਆ ਤੇ ਜਾਣਾ ਪਰਸੋਂ ਨੂੰ। ਅੱਛਾ ਮੈਂ ਵੀਰੇ ਬਹੁਤ ਤੇ ਸ਼ਰਾਰਾ ਪੱਕ ਜਾਵਾਂਗੀ, ਲੈ ਹੋਰ ਸੋਹਣਾ ਲੱਗੂਗਾ। ਅੱਛਾ ਫਿਰ ਮੈਂ ਤੁਹਾਨੂੰ ਕੀ ਸਿਖਾਇਆ ਤੇ ਸਵੇਰੇ ਪ੍ਰੇਅਰ ਦੇ ਵਿੱਚ ਵੀ ਵੱਡਿਆਂ ਦੀ ਇੱਜ਼ਤ? ਓਏ ਯਾਰ ਤੁਸੀਂ ਕੱਢੋ ਕਿਤਾਬ, ਕੱਢੋ ਓਏ ਮੈਡਮ ਜੀ, ਆਹ ਪੜਾਓ ਤੁਸੀਂ ਸਾਡੀ ਗੱਲ ਦੇ ਵਿੱਚ ਬੋਲਣਾ ਨਹੀਂ, ਲਾਸਟ ਵਾਰਨਿੰਗ ਹੈ। ਠੀਕ ਹੈ ਜੀ ਸਰ, ਨਾ ਕੇ ਆਇਓਗੇ? ਮੈਡਮ ਜੀ ਮੈਂ ਲੇਟ ਹੋ ਗਿਆ ਜੀ, ਅੱਜ ਨਹਾਤਾ ਨਹੀਂ ਗਿਆ, ਮੈਂ ਨਹਾਉਂਦਾ ਸੀਗਾ ਜੀ, ਪਾਣੀ ਮੈਂ ਪਾ ਲਿਆ ਸੀਗਾ ਤੇ ਬਸ। ਸਰ ਮੇਰੀ ਗੱਲ ਸੁਣੋ, ਤੁਸੀਂ ਆਏ ਇੱਕ ਮਿੰਟ, ਤੁਸੀਂ ਆਏ ਕਰੋ ਬੇਟਾ, ਕਿ ਮੈਂ ਲੈਕਚਰ ਹੈ ਜੀ, ਇਹ ਪੀੜ ਹੈ ਤਾਂ ਫਸਟ ਹੀ ਹੈ, ਫਸਟ ਤੁਸੀਂ ਆਏ ਕਰੋ, ਤੁਸੀਂ ਦੋ ਪੀੜ ਖੇਡ ਲਓ, ਹਾਂ ਫਿਜ਼ੀਕਲ ਦੇ ਲਾ ਲਓ ਦੋ ਪੀੜਾ, ਰਾਉਂਡ ਵਧੀਆ ਲਾਉਣੇ ਨੇ, ਫੁੱਟਬਾਲ ਖੇਡ ਲਓ, ਫੁੱਟਬਾਲ ਨਹੀਂ ਜੀ, ਹਾਂ ਅਸੀਂ ਬਾਰੇ ਬਾਜੀਆ ਚੀਜ਼ੀ ਨਾਲ ਪੈਸੇ ਨਾ ਨਾ ਬਾਰੇ ਨਹੀਂ, ਖੋ-ਖੋ ਖੇਡ ਲਓ ਤੇ, ਖੋ-ਖੋ ਖੇਡੋ ਬੇਟਾ, ਖੋ-ਖੋ ਨਹੀਂ ਪਾਇਆ ਹਾਂ ਕਰਦੇ ਜੀ। ਸਰ ਜੇ ਤੁਸੀਂ ਪੜ੍ਹਾਈ, ਇਹਨਾਂ ਦੀ 8ਵੀਂ ਦੀ ਪੜ੍ਹਾਈ ਹੈ, ਜੇ ਫੇਲ ਹੋ ਗਏ ਤੁਸੀਂ ਇਦਾਂ ਖੇਡਣ ਭੇਜਦੇ ਹੋ ਤਾਂ ਕੀ ਗੱਲ ਹੈ ਮੈਡਮ ਜੀ? ਕੋਈ ਨਾ ਬੱਚੇ ਤਾਂ ਪੜ੍ਹ ਲੈਣਗੇ ਜੀ ਬਹੁਤ, ਜਾਨਿ ਕਿ ਮੇਰੀ ਗੱਲ ਸੁਣੋ ਜੀ, ਤੁਸੀਂ ਮੇਰੇ ਨਾਲ ਇਦਾਂ ਗੁੱਸੇ ਕਿਉਂ ਹੁੰਦੇ ਹੋ ਮੈਡਮ ਜੀ? ਮੈਂ ਜਿਹੜੀ ਜੌਬ ਕਰਦਾ ਸਿਰਫ ਦੇਖੋ ਜੀ, ਮੈਂ ਇੱਥੇ ਸਰ ਦੇਖੋ ਤੁਹਾਡੇ ਨਾ ਨਹਾਉਣ ਕਰਕੇ, ਤੁਹਾਡੇ ਕੱਪੜੇ ਨਾ ਬਦਲਣ ਕਰਕੇ ਬੱਚਿਆਂ ਤੇ ਕੀ ਪ੍ਰਭਾਵ ਪੈਂਦਾ ਹੋਊਗਾ, ਤੁਸੀਂ ਕਦੇ ਸੋਚਿਆ? ਮੈਡਮ ਜੀ ਮੇਰੇ ਘਰ ਵਾਲੀ ਬਿਮਾਰ ਰਹੇ, ਜੇ ਮੇਰੇ ਘਰ ਵਾਲੀ ਸੱਚ ਉਹ ਮੇਰੇ ਵੀਰੇ ਦੇ ਘਰ ਵਾਲੀ ਜਿਹੜੀ ਮੈਨੂੰ ਜੀ ਉਹ ਗੋਦ ਚ ਉਹ ਚ ਮਿਲੀ ਹੋਈ ਹੈ ਜੀ। ਸਰ ਪਲੀਜ਼ ਮੈਨੂੰ ਸਾਰਾ ਪਤਾ ਲੱਗ ਗਿਆ, ਹਾਂਜੀ ਤੁਹਾਡੀ ਵਾਈਫ ਆ ਉਹ, ਮੈਨੂੰ ਸਾਰਾ ਪਤਾ ਲੱਗ ਗਿਆ, ਝੂਠ ਬੋਲਣ ਦਾ ਹੁਣ ਕੋਈ ਫਾਇਦਾ ਤਾਂ ਹੈ ਨਹੀਂ। ਮੇਰੀ ਉਹ ਬਹਿਫ ਹੈ ਜੀ, ਜਦੋਂ ਹੁਣ ਮੇਰੇ ਕਜ਼ਨ ਸੀ ਜੀ ਮੇਰੇ, ਉਦਾਂ ਯਾਨੀ ਕਿ ਉਹ ਤਾਂ ਨਹੀਂ ਬਹਿਫ ਜੀ, ਉਹ ਤਾਂ ਮੈਂ ਚਲੋ ਛੱਡੋ,
ਤੁਸੀਂ ਮੈਨੂੰ ਇਹ ਦੱਸੋ ਹੁਣ ਵੀ ਕੰਮ ਸਟਾਰਟ ਕਰੀਏ। ਹਾਂਜੀ ਆਪਾਂ ਐਂ ਕਰਦੇ ਹਾਂ ਜੀ, ਮੇਰੀ ਗੱਲ ਸੁਣੋ, ਆਪਾਂ ਹੁਣ ਬੱਚਿਆਂ ਦੀਆਂ ਖੇਡਾਂ ਕਰਵਾਉਣੀਆਂ ਨੇ। ਸਰ ਖੇਡਾਂ ਤਾਂ ਬਹੁਤ ਹੋ ਚੁੱਕੀਆਂ, ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇ ਲਈਏ ਆਪਾਂ। ਮੈਡਮ ਜੀ ਜਿੰਨੀ ਫਿਜ਼ੀਕਲ ਹੋਊਗਾ ਜੀ ਇਹਦੇ ਵੀ ਨੰਬਰ ਜੁੜਨਗੇ ਜੀ, ਅੱਗੇ ਕਾਊਂਟ ਹੋਣਗੇ ਨੰਬਰ। ਥਿਉਰੀ ਤੁਸੀਂ ਕਰਾ ਦਿਓ, ਕੋਲੋਂ ਫਿਜ਼ੀਕਲ ਦੇ ਵਿੱਚੋਂ ਮੈਂ ਮੈਡਲ ਲਿਆਦਾ ਕਰੂੰਗਾ ਜੀ। ਕਰਾਇਆ ਤਾਂ ਕਰਾਂਗੇ ਨਾ ਜੇ ਤੁਸੀਂ ਟਾਈਮ ਤੇ ਪਹੁੰਚਿਆ ਕਰੋਗੇ। ਨਹੀਂ ਨਹੀਂ ਕੋਈ ਗੱਲ ਨਹੀਂ ਮੈਡਮ, ਦੇਖੋ ਅੱਜ ਲੇਟ ਹੋਇਆ ਗਾ ਮੈਡਮ ਜੀ, ਤੁਸੀਂ ਨਾ ਹੈਪਰ ਹੋਇਆ ਕਰੋ। ਜੇ ਸਰ ਤੁਸੀਂ ਕੱਲ ਤੋਂ ਲੇਟ ਹੋਏ ਹਾਂਜੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਮੈਡਮ ਜੀ ਮੈਂ ਤੁਹਾਡੇ ਨਾਲ ਹੀ ਹਾਂ ਜੀ, ਮੈਂ ਨਹੀਂ ਲੇਟ ਹੁੰਦਾ, ਮੇਰੀ ਅੱਜ ਘਰੇ ਪ੍ਰੋਬਲਮ ਪੈ ਗਈ ਜੀ। ਸੱਚ ਮੈਨੂੰ ਆ ਦੱਸ ਰਿਹਾ ਸੀਗਾ ਬੱਚਾ। ਹਾਂਜੀ ਵੀ ਕੀ ਹੋ ਗਿਆ ਤੁਹਾਡੇ ਘਰ ਚ? ਘਰੇ ਹੋਣਾ ਤਾਂ ਕੀ ਆ, ਬਸ ਉਮਰ ਜਿਹੜਾ ਸਾਲ ਆਇਆ ਹੋਇਆ ਜੀ, ਉਹਦੀ ਲੜਾਈ ਹੋ ਗਈ, ਮੈਂ ਘਰੋਂ ਦਵਾ ਲਿੱਤਾ ਜੀ ਥੱਪੜ ਮਾਰ ਕੇ। ਨਹੀਂ ਕੁਛ ਸੂਟਾਂ ਦੀ ਗੱਲ ਹੋ ਰਹੀ ਸੀ ਵੀ ਸਿੰਮੂ ਨੇ ਸੂਟ ਦਵਾਤਾ ਤੇ ਤੁਹਾਡੇ ਵਾਈਫ ਦੀ ਕਾਫੀ ਬਦਨਾਮੀ ਹੋ ਰਹੀ ਮੈਨੂੰ। ਨਾ ਨਾ ਕੋਈ ਨਹੀਂ ਨਹੀਂ ਮੈਡਮ ਜੀ, ਇਦਾਂ ਦਾ ਕੋਈ ਗੱਲਬਾਤ ਨਹੀਂ ਹੈਗੀ ਜੀ ਆਪਣੇ ਘਰੇ। ਆਰ ਯੂ ਸ਼ੋਰ? ਸੌਂ ਲੱਗੀ ਜੀ, ਸੌਰੀ ਹੈ ਜੀ। ਸ਼ੋਰ ਸ਼ੋਰ, ਹਾਂ ਸ਼ੋਰ, ਸੱਚ ਉਹੀ ਮੈਨੂੰ ਪਤਾ ਤਾਂ ਹੁੰਦਾ ਜੀ, ਪਰ ਆਦਤ ਵਰੀ ਆ ਬੱਚਿਆਂ ਦੀ। ਮੈਂ ਕਹਿੰਦਾ ਸੀਗਾ ਜੀ ਆਪਾਂ ਕਰਵਾਵਾਂਗੇ ਗੇਮਾਂ, ਠੀਕ ਹੈ ਜੀ, 100 ਮੀਟਰ ਰੇਸ ਲਵਾਵਾਂਗੇ ਤੇ ਖੋ ਖੋ ਦੀਆਂ ਟੀਮਾਂ ਬੁਲਾਵਾਂਗੇ ਜੀ, ਉਹਨਾਂ ਨੂੰ ਇੱਕ ਇੱਕ ਕੇਲਾ ਦਿੱਤਾ ਜਾਊਗਾ ਜੀ ਤੇ ਉਹਨਾਂ ਨੂੰ ਇੱਕ ਇੱਕ ਆਪਣਾ ਉਹ ਜਿਹੜੀ ਉਹਨਾਂ ਦੀ ਕੇਲਿਆਂ ਵਾਲਾ ਪਲਾਨ ਤਾਂ ਥੋੜਾ ਚੇਂਜ ਕਰ ਦਿਓ। ਹੋਰ ਕੀ ਕਰੀਏ ਮੈਡਮ? ਸਰ ਕੁਝ ਅੱਛੀ ਜਿਹੀ ਛੋਟੀ ਟਰੋਫੀਆਂ ਲਿਆ ਦਾਂਗੇ ਬੱਚਿਆਂ ਨੂੰ, ਥੋੜਾ ਥੋੜਾ ਮੋਮੈਂਟੋ ਦੇ ਦਾਂਗੇ ਮੈਡਮ ਜੀ, ਇੱਕ ਇੱਕ ਮੋਮੈਂਟੋ ਦੇ ਦਾਂਗੇ। ਕੀ ਦੇ ਦਾਂਗੇ? ਮੋਮੈਂਟੋ ਜੀ ਇੱਕ ਇੱਕ, ਉਹ ਨਾਲ ਟਰੋਫੀ ਚਿੰਨ ਹੁੰਦਾ ਜਿਹੜਾ। ਅੱਛਾ ਅੱਛਾ, ਉਹ ਦੇ ਦਾਂਗੇ ਮੈਡਮ ਜੀ। ਫਿਰ ਇੱਕ ਇੱਕ ਥਾਂ ਤੇ ਇੱਕ ਇੱਕ ਐਪਲ ਕਰ ਦੇਣਾ ਨਾਲ, ਇੱਕ ਇੱਕ ਕੇਲਾ ਦੇ ਦਾਂਗੇ, ਇੱਕ ਇੱਕ ਨਾਲ ਐਪਲ ਦੇ ਦਾਂਗੇ, ਨਹੀਂ ਦੋ ਦੋ ਕੇਲੇ ਲਾ ਲਓ। ਵੇਟ ਸਰ ਮੈਨੂੰ ਫੋਨ ਆ ਰਿਹਾ। ਹਾਂਜੀ ਹੈਲੋ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਸਿਕਾਰ ਕਿਵੇਂ ਹੋ ਨੋ ਜੀ? ਹਾਂ ਜੀ ਗੁੱਡ ਸਰ, ਆਪ ਦੱਸੋ। ਹਾਂ 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 ਬਹੁਤ ਵਧੀਆ ਬਹੁਤ ਵਧੀਆ, ਕਿੱਥੇ ਸੀ? ਸਰ ਐਟ ਅ ਟਾਈਮ ਮੈਂ ਸਕੂਲ ਦੇ ਵਿੱਚ ਹਾਂ ਜੀ, ਦਲਵੀਰ ਸਰ ਵੀ ਇੱਥੇ ਨੇ। ਡਿਊਟੀ ਤੇ ਹੋ? ਹਾਂ ਜੀ ਹਾਂ ਜੀ। ਦਲਵੀਰ ਸਰ ਬੋਲ ਰਿਹਾ ਹੈ ਤੁਹਾਡੇ? ਹਾਂ ਜੀ ਸਰ। ਕਰਾਓ ਬੜਾ ਗੱਲ ਕਰਾਓ। ਹਾਂ ਜੀ ਲਓ ਗੱਲ ਕਰ ਲਓ, ਡੀਓ ਸਰ ਨੇ ਅਦਬ ਨਾਲ ਗੱਲ ਕਰਿਓ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਸਰ। ਕਾਰ ਕਿਵੇਂ ਦਲਵੀਰ? ਠੀਕ ਆ ਸਰ। ਹਾਂਜੀ ਸਰ, ਮੈਂ ਬਹੁਤ ਅੱਛਾ ਸਰ, ਤੁਹਾਡੀ ਸਿਹਤ ਕਿਵੇਂ ਸਰ? ਅੱਛਾ ਸਰ, ਸਭ ਸਹੀ ਹੈ ਸਰ, ਬੋਲੋ ਸਰ ਹੁਕਮ। ਅੱਛਾ ਬੱਚੋ ਪੜੋ ਪੜੋ, ਆ ਪੜੋ ਬੱਚੇ। ਹਾਂਜੀ ਹਾਂਜੀ ਬੋਲੋ ਜੀ, ਬੱਚੇ ਬਹੁਤ ਨੇ ਸਰ, ਸਰ ਬੱਚੇ। ਹਾਂਜੀ 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 ਸਰ ਬੋਲੋ। ਅੱਛਾ ਸਰ, ਹਾਂ ਸਰ, ਪਰ ਕਰਵਾਈ ਜਾਂਦੇ ਸਰ, ਅਸੀਂ ਹਿੰਦੀ ਵੀ ਕਰਵਾ ਦਿੰਦੇ ਹਾਂ, ਸਾਇੰਸ ਵੀ, ਮੈਂ ਸਰ 5 ਵਿਸ਼ੇ ਕਰਵਾਉਣਾ। ਸਰ ਇਹ ਕਿੱਥੋਂ ਆ ਰਹੇ ਨੇ ਸਰ ਟੀਚਰ? ਕਿੱਥੋਂ ਨੇ ਸਰ? ਪਿੰਡ, ਇਹਨਾਂ ਦਾ ਪਿੰਡ ਕਿਹੜਾ ਜੀ? ਅੱਛਾ ਸਰ, ਤੁਸੀਂ ਸਰ ਇਹਨਾਂ ਦੇ ਤੁਸੀਂ ਕਣਕ ਵਾਲ ਕਰਵਾ ਦਿਓ ਨਾ ਸਰ, ਇੱਥੇ ਕਿਵੇਂ ਆਇਆ ਕਰਨਗੇ ਸਰ? ਚਲੋ ਠੀਕ ਆ ਸਰ, ਆ ਜਾਣ ਦੋ ਸਰ। ਬਹੁਤ ਵਧੀਆ ਮਾਹੌਲ ਹੈ ਜੀ ਸਕੂਲ ਦਾ। ਹਾਂ ਬੇਟਾ, ਸਰ ਜੀ ਜੋਤੀ ਨੇ ਤੁਹਾਡੀ ਦਾਰੂ ਦੀ ਬੋਤਲ ਰੋਤੀ। ਜਾਓ ਬੇਟਾ ਜਾਓ ਖੇਡ। ਹਾਂਜੀ ਸਰ, ਦਾਰੂ ਦੀ ਸਰ ਨਹੀਂ ਨਹੀਂ ਸਰ, ਸਰ ਪਿੰਡ ਦੇ ਵਿੱਚ ਫੜੀ ਸਰ, ਪਿੰਡ ਦੇ ਵਿੱਚ ਫੜੀ ਗਈ ਜੀ ਪੱਠੀ, ਪਿੰਡ ਦੇ ਵਿੱਚ ਫੜੀ ਗਈ ਜੀ, ਪਿੰਡ ਦੇ ਵਿੱਚ ਫੜੀ ਗਈ ਜੀ ਪੱਠੀ। ਹੈਲੋ